ਰਹੇ ਹੋ ਦੈਨਿਕ ਸਵੇਰਾ ਟੀਵੀ 'ਤੇ। ਇਸ ਵੇਲੇ ਸੂਬੇ ਦੇ ਹਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਸੈਂਟਰਲ ਗੌਰਮੈਂਟ ਨੂੰ ਘੇਰੇ ਜਾ ਰਿਹਾ ਹੈ, ਸੈਂਟਰਲ ਗੌਰਮੈਂਟ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਤਸਵੀਰਾਂ 'ਚ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਤਮਾਮ ਅਲਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ। ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ। ਬਿਹਤਰ ਅਨੁਭਵ, ਵਿਦਿਆ ਮਿਆਰੀ, ਮਾਨ ਪੰਜਾਬ ਦਾ ਸਕੂਲ ਸਰਕਾਰੀ। ਜਲੰਧਰ ਦੀ ਕਾਂਗਰਸ ਇਕਾਈ ਵੱਲੋਂ ਪ੍ਰਦਰਸ਼ਨ ਜਿਹੜਾ ਹੈਗਾ ਇੱਥੇ ਕੀਤਾ ਜਾ ਰਿਹਾ, ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕਾਰਨ ਜਿਹੜਾ ਹੈਗਾ ਕਿ ਜਿਹੜਾ ਸ਼ੁਭਕਰਮਨ ਦਾ ਕੱਲ੍ਹ ਦਿੱਲੀ ਹਰਿਆਣੇ ਦੀਆਂ ਬਰੂਹਾਂ ਦੇ ਉੱਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਸਦਾ ਰੋਸ ਹੈਗਾ ਅਤੇ ਦੂਜੇ ਪਾਸੇ ਇੱਕ ਪੁਲਿਸ ਮੁਲਾਜ਼ਮ ਜਿਹਨੂੰ ਕਿ ਖਾਲਿਸਤਾਨੀ ਦੱਸਿਆ ਗਿਆ ਉਸਦਾ ਰੋਸ ਹੈਗਾ, ਉਸਦੇ ਰੋਸ ਵਜੋਂ ਇਹ ਜਿਹੜਾ ਰੋਸ ਪ੍ਰਗਟਾਵਾ ਹੈਗਾ ਕਾਂਗਰਸ ਵੱਲੋਂ ਕੀਤਾ ਜਾ ਰਿਹਾ। ਮੇਰੇ ਨਾਲ ਇਸ ਵੇਲੇ ਬੇਰੀ ਸਾਹਿਬ ਹੈਗੇ ਨੇ, ਬੇਰੀ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ। ਬੇਰੀ ਸਾਹਿਬ, ਰੋਸ ਹੈ ਕਾਂਗਰਸ ਪਾਰਟੀ ਦੇ ਵਿੱਚ ਕਿ ਉਹ ਲਗਾਤਾਰ ਸ਼ਿੱਦਤ ਢਾਈ ਜਾ ਰਹੀ ਹੈ ਔਰ ਕੱਲ੍ਹ ਸ਼ੁਭਕਰਮਨ ਦਾ ਕਤਲ ਕਰ ਦਿੱਤਾ ਜਾਂਦਾ, ਦੂਜੇ ਪਾਸੇ ਇੱਕ ਮੁਲਾਜ਼ਮ ਜਿਹੜੇ ਹੈਗੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਦੱਸਿਆ ਜਾਂਦਾ ਅਤੇ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ। ਦੇਖੋ, ਅਸੀਂ ਪੰਜਾਬ ਆ, ਪੰਜਾਬ ਵਾਸੀ, ਪੰਜਾਬ ਦੇ ਰਹਿਣ ਵਾਲੇ ਹਾਂ। ਇੱਕ IPS ਅਫਸਰ ਜਸਪ੍ਰੀਤ ਸਿੰਘ ਜਿਹੜੇ ਵੈਸਟ ਬੰਗਾਲ ਦੇ ਵਿੱਚ ਲੱਗੇ ਆ, ਇੱਕ ਮੌਜੂਦਾ ਵਿਧਾਇਕ BJP ਦੀ, ਉਹਨਾਂ ਨੂੰ ਖਾਲਿਸਤਾਨ ਕਵੇ, ਕਿਉਂ ਕਵੇ? ਕਿਉਂਕਿ ਉਹਨਾਂ ਨੇ ਸਿਰ 'ਤੇ ਪਗੜੀ ਬੰਨੀ। ਪਗੜੀ ਸਾਡੇ ਹਿੰਦੁਸਤਾਨ ਦੀ ਲਾਜ ਆ, ਬਾਰਡਰ ਦੇ ਉੱਪਰ ਦੇਖ ਲਈਏ ਸਾਡੇ ਪਗੜੀ ਧਾਰੀ ਲੜਾਈ ਲੜਦੇ ਆ। ਅੱਜ ਆਪਾਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੀ ਕਿਸਾਨੀ ਦੀ ਗੱਲ ਕਰ ਲਈਏ, ਅੱਜ ਜਿਹੜਾ ਕਿਸਾਨ ਹੈ ਜਿਸ ਤਰੀਕੇ ਦੇ ਨਾਲ BJP ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਹੈ, ਖਾਸ ਤੌਰ 'ਤੇ ਸ਼ੰਭੂ ਬਾਰਡਰ 'ਤੇ, ਹਰਿਆਣੇ ਦੀ BJP ਸਰਕਾਰ, ਸੈਂਟਰ ਦੀ BJP ਸਰਕਾਰ, ਨੌਜਵਾਨ 23 ਸਾਲ ਦਾ ਸ਼ੁਭਕਰਮਨ ਜਿਹਨੂੰ ਸਿਰ 'ਤੇ ਗੋਲੀ ਮਾਰਤੀ ਗਈ ਹੈ, ਕਿੱਡੀ ਮਾੜੀ ਗੱਲ ਹੈ। ਇਹ ਨਫ਼ਰਤ ਫੈਲਾ ਰਹੇ ਆ ਔਰ ਇਸ ਤਰ੍ਹਾਂ ਨਾ ਕਿਸਾਨ ਚੁੱਪ ਬੈਠੇਗਾ, ਨਾ ਪੰਜਾਬ ਦਾ ਨੌਜਵਾਨ ਚੁੱਪ ਬੈਠੇਗਾ। ਸਾਡੀ ਇਹੀ ਮੰਗ ਹੈ ਕਿ ਜੋ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨਾਂ ਦੀ ਮੰਗ ਹੈ ਉਹ ਪੂਰੀ ਕੀਤੀ ਜਾਣੀ ਹੈ, ਚਾਹੀਦੀ ਹੈ। ਮੋਦੀ ਸਰਕਾਰ ਅੱਜ ਕਿਸਾਨਾਂ ਨਾਲ ਧੱਕਾ ਨਹੀਂ ਕਰ ਰਹੀ, ਅੱਜ ਪੰਜਾਬੀਆਂ ਨਾਲ ਧੱਕਾ ਨਹੀਂ ਕਰ ਰਹੀ, ਹਿੰਦੁਸਤਾਨ ਦੇ ਲੋਕਾਂ ਨਾਲ ਧੱਕਾ ਕਰ ਰਿਹਾ, ਸਿਰਫ ਤੇ ਸਿਰਫ ਇੱਕੋ ਹੀ ਗੱਲ ਕਰਕੇ, ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਕੇ। ਔਰ ਜੇ ਇਸੇ ਤਰ੍ਹਾਂ ਨਫ਼ਰਤ ਵਧੀ ਜਾਏਗੀ ਤਾਂ ਆਉਣ ਵਾਲਾ ਟਾਈਮ ਸਾਡੇ ਹਿੰਦੁਸਤਾਨ ਲਈ ਵੀ ਮਾੜਾ ਹੋਏਗਾ, ਪੰਜਾਬ ਦੇ ਲਈ ਬਹੁਤ ਮਾੜਾ ਹੋਏਗਾ। ਸਾਡੀ ਮੰਗ ਇਹੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ, ਹਿੰਦੁਸਤਾਨ ਦੇ ਕਿਸਾਨਾਂ ਨੂੰ ਜੋ ਵੀ ਉਹਨਾਂ ਦੀਆਂ ਡਿਮਾਂਡਾਂ ਉਹ ਪੂਰੀਆਂ ਕੀਤੀਆਂ ਜਾਣ ਔਰ ਇਸ ਤਰ੍ਹਾਂ ਗੋਲੀਆਂ ਮਾਰ ਕੇ ਉੱਥੇ ਬਾਰਡਰ ਬਣਾ ਕੇ, ਇਹ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਨਹੀਂ, ਇਸ ਤਰ੍ਹਾਂ ਉੱਥੇ ਜਾਪਿਆ ਜਾਂਦਾ ਜਦੋਂ ਅਸੀਂ ਮੌਕੇ 'ਤੇ ਜਾਂਦੇ ਹਾਂ ਕਿ ਜਿੱਦਾਂ ਪਾਕਿਸਤਾਨ ਦੀ ਫੌਜ ਨੂੰ ਅਸੀਂ ਰੋਕਣਾ, ਹਿੰਦੁਸਤਾਨਾਂ ਦੇ ਕਿਸਾਨਾਂ ਦੇ ਟਰੈਕਟਰ ਤੋੜ ਦਿੱਤੇ, ਈਵਨ ਕਿ ਜਿਹੜੇ ਨੌਜਵਾਨ ਸੀ ਹਰਿਆਣੇ ਵਾਲੀ ਪੁਲਿਸ ਉਹਨਾਂ ਨੂੰ ਚੱਕ ਕੇ ਆਪਣੇ ਵਾਲੇ ਪਾਸੇ ਲੈ ਗਈ ਔਰ ਉਹਨਾਂ ਨਾਲ ਤਸ਼ੱਦਦ ਕਰਦੀ ਰਹੀ, ਬੜੀ ਮਾੜੀ ਗੱਲ। ਇੱਕ ਹੋਰ ਚੀਜ਼ ਹੈਗੀ ਹੈ ਕਿ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਵੱਲੋਂ ਵੀ ਕਿਹਾ ਗਿਆ ਕਿ ਪੋਸਟਮਾਰਟਮ ਤੋਂ ਬਾਅਦ ਜਿਹੜੇ ਵੀ ਦੋਸ਼ੀ ਪਾਏ ਗਏ ਉਹਨਾਂ 'ਤੇ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਭਗਵੰਤ ਮਾਨ ਹੋਰਾਂ ਦਾ ਤੁਹਾਨੂੰ ਪਤਾ ਹੀ ਹੈ ਜੀ, ਕਹਿੰਦੇ ਕੁਛ ਨੇ ਕਰਦੇ ਕੁਛ ਨੇ, ਜੇ ਇਹਨਾਂ ਦੇ ਵਿੱਚ ਹੌਸਲਾ ਹੁੰਦਾ, ਜੇ ਮੁੱਖ ਮੰਤਰੀ ਕਾਇਮ ਹੁੰਦੇ ਤਾਂ ਨਾ ਉੱਥੇ ਗੋਲੀ ਚੱਲ ਸਕਦੀ ਸੀ, ਨਾ ਉੱਥੇ ਤਸ਼ੱਦਦ ਹੋ ਸਕਦੀ ਸੀ। ਸਾਡੀ ਪੰਜਾਬ ਦੀ ਧਰਤੀ 'ਤੇ ਆ ਕੇ ਇਹ ਕੰਮ ਕਰਕੇ ਗਏ ਆ, ਸਾਨੂੰ ਭਗਵੰਤ ਮਾਨ ਹੋਰਾਂ 'ਤੇ ਕੋਈ ਭਰੋਸਾ ਨਹੀਂ। ਮੇਰੇ ਨਾਲ ਸਥਾਨਕ ਕੌਂਸਲਰ ਸ਼ੈਰੀ ਚੱਡਾ ਮੌਜੂਦ ਹੈਗੇ, ਕਿਵੇਂ ਦੇਖਦੇ ਹੋ ਲਗਾਤਾਰ ਸਿੱਖਾਂ ਦੇ ਉੱਪਰ ਟਿੱਪਣੀਆਂ ਕਰਨੀਆਂ ਭਾਜਪਾ ਵੱਲੋਂ ਅਤੇ ਲਗਾਤਾਰ ਇੱਕ ਸਿੱਖ ਨੌਜਵਾਨ ਦਾ ਬਰੂਹਾਂ ਦੇ ਪਹਿਲੇ ਹੀ ਸਿੱਖਾਂ ਦੇ ਖਿਲਾਫ ਰਹੀ ਸ਼ੁਰੂ ਤੋਂ?
ਪਰ ਆਹ ਜਿਹੜੀ ਇੱਕ ਬੜੀ ਮਦਭਾਗੀ ਖਬਰ, ਬਹੁਤ ਜ਼ਿਆਦਾ ਮਾੜੀ ਗੱਲ, ਇੱਕ ਸਹਿਜਧਾਰੀ ਗੁਰਦਾਸ ਸਿੱਖ ਦੀ IPS ਅਫਸਰ ਆ ਜਿਹੜਾ, ਉਹਨੂੰ ਖਾਲਿਸਤਾਨੀ ਕਹਿਣਾ, ਇਹ ਕਿੱਥੇ ਦੀ BJP ਦੀ ਕਿਹੜੀ ਸ਼ਰਾਰਤ ਆ ਕਿ ਉੱਥੇ ਕਹਿਣ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀ ਗੱਲ ਹੈ, ਗਲਤ ਗੱਲ ਆ। ਕਿਸੇ IPS ਅਫਸਰ ਨੂੰ ਖਾਲਿਸਤਾਨੀ ਕਹਿਣਾ ਬੜੀ ਮਾੜੀ ਗੱਲ ਆ। ਔਰ ਦੂਜੀ ਗੱਲ, ਆਪਾਂ ਕਹਿ ਲਈ ਕਿ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਰਿਆਣੇ ਤੋਂ ਆ ਰਹੇ ਨੇ, ਸਾਡੇ ਕਿਸਾਨਾਂ 'ਤੇ ਗੋਲੀਆਂ ਮਾਰਦੇ ਪਏ ਨੇ, ਅਸੀਂ ਭਗਵੰਤ ਮਾਨ 'ਤੇ ਕਿੰਨਾ ਕੁ ਭਰੋਸਾ ਕਰ ਲਾਂਗੇ। ਸਾਡੇ ਵੀਰਾਂ ਦੇ ਇੱਕ ਜਵਾਨ ਕੱਲ੍ਹ ਸਾਡਾ ਭਰਾ ਮਾਰ ਦਿੱਤਾ, ਕਿਸਾਨ ਦੇਸ਼ ਦਾ ਅੰਨਦਾਤਾ ਵਾ, ਆਪਣਾ ਹੱਕ ਮੰਗਣਾ ਡੈਮੋਕ੍ਰੇਸੀ ਰਾਜ ਆ, ਅਸੀਂ ਹੱਕ ਮੰਗ ਸਕਦੇ ਹਾਂ, ਧਰਨਾ ਲਾ ਸਕਦੇ ਹਾਂ, ਪ੍ਰਦਰਸ਼ਨ ਕਰਨਾ ਸਾਡਾ ਫਰਜ਼ ਆ। ਪਰ ਇਹਦਾ ਮਤਲਬ ਗੋਲੀਆਂ ਮਾਰੀਆਂ ਸੀ, ਬਜ਼ੁਰਗ ਸਾਡੇ ਉੱਤੇ ਬੈਠੇ, ਸਾਡੀਆਂ ਮਾਤਾਵਾਂ ਬੇਟੀਆਂ, ਇਹ BJP ਸਰਕਾਰ ਕਿਹੜਾ ਧੱਕਾ ਕਰਨਾ ਚਾਹੁੰਦੀ ਆ, ਕਿਹੜੀ ਜਿਹੜੀ ਪੰਜਾਬ 'ਚ ਕਿਹੜਾ ਭਾਂਬੜ ਮਚਾਉਣਾ ਚਾਹੁੰਦੀ ਆ BJP ਸਰਕਾਰ, ਉਹਦੀ ਸ਼ਰਾਰਤ ਆਏ ਮੋਦੀ ਸਾਹਿਬ ਦੀ। ਸ਼ੁਰੂ ਤੋਂ ਪੰਜਾਬ ਨਾਲ ਜਿਹੜਾ ਗਲਤ ਵਤੀਰਾ ਸ਼ੁਰੂ ਤੋਂ ਹੀ ਮੋਦੀ ਸਾਹਿਬ ਦਾ ਰਿਹਾ ਵਾ, ਅਤੇ ਪੰਜਾਬ ਵਿੱਚ ਫਿਰ ਭਾਂਬੜ ਮਚਾਉਣਾ ਚਾਹੁੰਦੇ, ਗਲਤ ਹਰਕਤ ਕਰਨਾ, ਕਿਸੇ ਸਹਿਜਧਾਰੀ ਅਫਸਰ ਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ, ਔਰ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ। ਔਰ ਜਿਹੜਾ ਭਗਵੰਤ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਦਾ ਤੁਹਾਡੇ ਚੈਨਲ ਰਾਹੀਂ, ਵੀ 302 ਦਾ ਪਰਚਾ ਹੋਣਾ ਚਾਹੀਦਾ ਖੱਟਰ ਸਰਕਾਰ 'ਤੇ, ਉੱਥੇ ਰਾਸ਼ਟਰਪਤੀ ਦੇ ਜਿਹੜਾ ਉੱਚੇ ਦਾ ਹਰਿਆਣੇ ਦਾ, ਉਹਨਾਂ 'ਤੇ ਪਰਚਾ ਹੋਣਾ ਚਾਹੀਦਾ, ਜਿਹੜੇ ਅਧਿਕਾਰੀ ਨੇ ਕਾਰਵਾਈ ਕੀਤੀ ਆ ਉੱਤੇ ਪਰਚਾ ਹੋਣਾ ਚਾਹੀਦਾ। 302 ਦਾ ਕਿਸੇ ਮਾਂ ਦਾ ਪੁੱਤ ਮਾਰਨਾ, ਇਹਨਾਂ ਨੂੰ ਪਤਾ ਚੱਲ ਜਾਵੇ ਕਿਸੇ ਦਾ ਪੁੱਤ ਕਿੱਦਾਂ ਮਾਰੀਦਾ। ਔਰ ਦੇਖੋ ਬਾਰਡਰ ਟੱਪ ਕੇ ਆ ਕੇ ਸਾਡੇ ਪੰਜਾਬ ਜਾ ਕੇ ਸਾਨੂੰ ਗੋਲੀਆਂ ਮਾਰਦੇ, ਅਸੀਂ ਭਗਵੰਤ ਮਾਨ 'ਤੇ ਕੀ ਭਰੋਸਾ ਕਰਾਂਗੇ, ਅਸੀਂ ਕਿੱਥੇ ਸੇਫ ਹਾਂ। ਤਾਂ ਬਿਲਕੁਲ ਇਸ ਵੇਲੇ ਰੋਸ ਜਿਹੜਾ ਹੈਗਾ ਕਾਂਗਰਸ ਆਗੂਆਂ ਦੇ ਵਿੱਚ ਹੈਗਾ, ਕਿਉਂਕਿ ਇੱਕ ਪਾਸੇ ਜਿੱਥੇ ਸਹਿਜਧਾਰੀ ਸਿੱਖ ਨੂੰ ਖਾਲਿਸਤਾਨੀ ਕਿਹਾ ਗਿਆ, ਦੂਸਰੇ ਪਾਸੇ ਜਿਹੜੇ ਸ਼ੁਭਕਰਮਨ ਦੀ ਜਿਹੜੀ ਜਿਹਦਾ ਕੱਲ੍ਹ ਕਤਲ ਹੋਇਆ, ਪਰਸੋਂ ਕਤਲ ਹੋਇਆ ਬਰੂਹਾਂ ਦੇ ਉੱਤੇ, ਉਸ ਨੂੰ ਲੈ ਕੇ ਸੂਬੇ ਭਰ ਵਿੱਚ ਰੋਸ ਹੈ। ਔਰ ਸੂਬੇ ਦੇ ਹਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਇਕਾਈ ਵੱਲੋਂ ਪੁਤਲੇ ਫੂਕੇ ਜਾ ਰਹੇ, ਔਰ ਜਲੰਧਰ ਦੇ ਵਿੱਚ ਵੀ ਇਹ ਮੁਜ਼ਾਹਰਾ ਕੀਤਾ ਗਿਆ, ਔਰ ਭਾਜਪਾ ਤੋਂ ਜਿਹੜੀ ਭਾਜਪਾ ਦੇ ਜਿਹੜੇ ਆਗੂ ਹੈਗੇ ਉਹਨਾਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ, ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਕੋਲੋਂ ਅਪੀਲ ਕੀਤੀ ਹੈ ਕਿ ਜਿਹੜੇ ਅਧਿਕਾਰੀਆਂ ਨੇ ਜਿਹੜਾ ਕਤਲ ਕੀਤਾ ਸ਼ੁਭਕਰਮਨ ਸਿੰਘ ਦਾ, ਉਹਨਾਂ ਦੇ ਉੱਤੇ ਜਲਦ ਤੋਂ ਜਲਦ ਬਲ ਦੀ ਕਾਰਵਾਈ ਕੀਤੀ ਜਾਵੇ। ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ, ਦੈਨਿਕ ਸੁਰਾ TV, ਜਲੰਧਰ।